ना भाई थोड़ा प्रदीप सिंह केड़े पिंड दे रहण वाले हो? शौली जी, लंबी हलका जी। अच्छा, ए जिला केड़ा होंदा जी? मुक्तसर जी। अच्छा, मुक्तसर साहब। ए किन्नियां मज्जां ने आज थोड़े कोल? एक है जी। एक मज्ज है? किन्ने लीटर वाली मज्ज है? 20 लीटर होंदा जी। 20 लीटर तैयार है? हां जी। किन्ने दिनों दी सुई जे? ए हो गई 10-12 दिन दी। ते इहदा कीमत कितनी है? 170 है। 170 मांग रहे हैं नगद वाले दा? डिस्काउंट किन्ना है? कर देंगे 15-20 रुपया। लाख सवा लाख दे आसपास हो जू? 135-130। हां, मतलब लाख सवा लाख दे आसपास हो जाएगी। हां जी। थोड़ा फोन नंबर किन्ना है? 9640-0946। एक बार और बोलो। 9640-0946। अच्छा, ठीक है। ए कीजिए भाई, तोलो तोलो। ਕੀ ਨਾਮ ਭਾਈ ਸਾਹਿਬ ਤੁਹਾਡਾ? ਪਰਵਿੰਦਰ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਪਿੰਡ ਭੁੰਦਰ ਜੀ। ਤੇ ਇਹ ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਬਠਿੰਡਾ ਜੀ। ਬਠਿੰਡਾ ਜ਼ਿਲ੍ਹਾ। ਤੇ ਇਹ ਮੱਝ ਕਿਵੇਂ ਸੂਈ ਜੇ? ਤੀਸਰਾ ਸੂਆ ਸੂਈ ਹੋਈ ਹੈ। ਕਿੰਨਾ ਕੁ ਦੁੱਧ ਹੈ ਥੱਲੇ? ਦੁੱਧ ਹੋਊਗਾ ਜੀ 12 ਦਿਨ। 12 ਕਿਲੋ ਦੁੱਧ ਆਸ ਪਾਸ ਹੈ। ਕਿਤਨਾ ਮੁੱਲ ਕਿਤਨਾ ਮੰਗ ਰਹੇ ਹੋ? ਮੁੱਲ ਦਾ 85,000। 85,000 ਰੁਪਏ ਸਸਤੇ ਮਾਲ ਵਿੱਚ ਮਿਲੇਗੀ। ਤੁਹਾਡਾ ਫੋਨ ਨੰਬਰ ਕਿਤਨਾ ਹੈ? 6834-7430। एक बार और बोल दो। 6834-7430। ठीक है। हाँ जी, गुरकिरपाल सिंह। खोलो भाई, खोलो। हैवी मिलकर मुर्रा बुफेलो। चल 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 चल। शानदार सिंह, शानदार पुठे, दो बाल्टी दूध रोजाना। कि नाम भाई साहब थोड़ा? ज्योति। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਅਕਲੀ ਹੈ। ਇੱਧਰ ਜਾ ਕੇ ਬਣਾਇਆ ਸੀ, ਬੈਸ ਕੋਲ ਖੜਾ ਕੇ। ਤੇ ਤੁਹਾਡਾ ਇਹ ਜਿਹੜੀ ਮੱਝ ਦਿਖਾ ਰਹੇ ਹੋ, ਕਿਨਵੇਂ ਸੂਈ ਜੇ? ਦੂਜੇ ਸੂਏ। ਦੂਸਰੇ ਸੂਏ ਕੀ ਕੱਟਾ ਹੈ? ਕੱਟੀ ਹੈ, ਕੱਟਾ ਹੈ। ਕੱਟਾ ਨਾਲ ਹੈ। ਕਿੰਨਾ ਕੁ ਦੁੱਧ ਦਿੰਦੀ ਹੈ ਬਈ? 18 ਕਿਲੋ। ਹਾਂਜੀ, 18 ਕਿਲੋ। 18 ਕਿਲੋ ਤਿਆਰ ਹੈ, ਤੇ ਹਾਲੀ ਤੇ ਹੋਰ ਵਧਣਾ ਚਾਹੀਦਾ ਹੈ। ਹਾਂਜੀ। ਤੇ ਮੁੱਲ ਕਿਤਨਾ ਮੰਗ ਰਹੇ ਉਹਦਾ? 2.5 ਲੱਖ। 2.5 ਲੱਖ ਤੇ ਜ਼ਿਆਦਾ ਹੈ ਯਾਰ, ਅੱਜ ਕੱਲ ਜਿੱਥੇ ਮਿਲਦਾ 2.5 ਲੱਖ। ਮੈਨੂੰ ਪਤਾ ਹੀ ਲੈ ਜਾਗੇ, ਚੱਲ ਲੈ ਜਾਵਾਂਗੇ ਪੱਕਾ। ਉਹ ਨਹੀਂ ਨਹੀਂ, ਨਗਦ ਵਾਲਿਆਂ ਨੂੰ ਡਿਸਕਾਊਂਟ ਕਰ ਦੇਣਾ ਜੋ ਵੀ ਹੋ ਜਾਏ ਯਾਰ। ਤੁਹਾਡਾ ਫੋਨ ਨੰਬਰ ਕਿੰਨਾ ਹੈ? 9312-99092। ਇੱਕ ਵਾਰੀ ਹੋਰ ਬੋਲੋ। 9312-99092। ਠੀਕ ਹੈ।
ਹੋਰ ਕਿਹੜੀਆਂ ਮੱਝਾਂ ਨੇ? ਐ ਵੀ ਖੋਲੀ ਜਰਾ। अच्छा जी,